Check the mic and make sure it sound right, boys. Agar sat sri akal, this is Glenn the Van Boy. So ajj apan kare ha, ajj apan kithe gaye ni, morning time ya 7 baje sveer de. So ajj apko ik project ya, ajj main koi cheez taiyar karni hai, is karke main kithe ghumne nahi gaya, tuhanu vi dikhaune ha. So ajj main van de vich na bed banauna hai apni, ik bed te ik chota ja kitchen banauna. ਆ ਮੈਂ ਫਰੇਮ ਤਿਆਰ ਕਰਕੇ ਰੱਖਿਆ ਸੀ ਪਿਛਲੇ ਵੀਕ. ਸੋ ਨਾ ਅੱਜ ਸੈਟਰਡੇ ਆ, ਸੋ ਅੱਜ ਮੈਂ ਇਹ ਬੈੱਡ ਦੇ ਉੱਤੇ ਆਪਾਂ ਫੱਟੀਆਂ ਲਾ ਲੈਣੀਆਂ, ਬੈੱਡ ਬਣ ਜਾਣਾ ਅਤੇ ਇੱਥੇ ਇੱਕ ਕਿਚਨ ਬਣ ਜਾਣੀ ਆ. ਜਿੱਦਾਂ ਮੇਰੇ ਤੋਂ ਬਰਨਰ ਚੁੱਲ੍ਹਾ ਮੇਰੇ ਤੋਂ ਹੈਗਾ ਵਾ, ਅਤੇ ਆਪ ਫਰਿੱਜ ਹੈ ਛੋਟੀ ਜੀ, ਇਹ 12 ਬੋਲਟ ਦੀ ਫਰਿੱਜ ਆ, 24 ਲੀਟਰ ਦੀ ਫਰਿੱਜ ਆ, ਅਤੇ ਇਹ ਕਾਰ ਦੀ ਬੈਟਰੀ ਨਾਲ ਚੱਲ ਪੈਂਦੀ ਆ 12 ਬੋਲਟ ਨਾਲ. ਸੋ ਇਹ ਜੇ ਆਪਾਂ ਸਾਰਾ ਕੁਝ ਸੈਟਅਪ ਕਰਨਾ ਵਾ, ਉੱਤੇ ਫੱਟੀਆਂ ਲਾ ਜਾਣੀਆਂ, ਬੈੱਡ 'ਤੇ ਬੈੱਡ ਬਣ ਜਾਣਾ, ਅਤੇ ਇੱਥੇ ਕਿਚਨ ਬਣ ਜਾਣੀ ਆ, ਆ ਚੁੱਲ੍ਹਾ ਇੱਥੇ ਆ ਜਾਣਾ ਸਭ ਕੁਛ. ਸੋ ਇਸ ਕਰਕੇ ਮੈਂ ਅੰਮੇ ਤੋਂ ਫੱਟੀਆਂ ਸਭ ਕੁਛ ਮੈਂ ਇਕੱਠਾ ਕੀਤਾ ਸੀ ਸਮਾਨ, ਇਹਨੂੰ ਆਪਾਂ ਅੱਜ ਕੱਟ ਵੱਢ ਕੇ ਜੋ ਵੀ ਤਿਆਰ ਕਰਦੇ ਹਾਂ. ਵੇਖੋ ਤੁਸੀਂ ਇਹ ਸਭ ਕੁਛ ਮੈਂ ਤੁਹਾਡੇ ਵਾਸਤੇ ਕਰਨ ਦਿਆਂ, ਕਿਉਂਕਿ ਬੈੱਡ ਜੋ ਮੈਂ ਕਾਰ ਜਦੋਂ ਵੈਨ ਦੇ ਵਿੱਚ ਬੈੱਡ ਬਣ ਗਿਆ, ਕਿਚਨ ਬਣ ਗਿਆ, ਅਤੇ ਮੈਂ ਕਿਤੇ ਵੀ ਜਾ ਕੇ ਰਾਤ ਰਹਿ ਸਕਦਾ ਵਾਂ ਅਤੇ ਵੀਡੀਓ ਬਣਾ ਸਕਦਾ ਵਾਂ ਤੁਹਾਡੇ ਵਾਸਤੇ. ਸੋ ਆਪਾਂ ਮੇਨਲੀ ਆਪਾਂ ਨੂੰ ਕਿੰਨੀਆਂ ਲੰਮੀਆਂ ਫਿੱਟੀਆਂ ਚਾਹੀਦੀਆਂ, ਆਪਾਂ ਨੂੰ 90 ਸੈਂਟੀਮੀਟਰ ਦੀਆਂ ਫਿੱਟੀਆਂ ਚਾਹੀਦੀਆਂ. ਜੋ ਮੇਰਾ ਪਲੈਨ ਹੈ, ਮੈਨੂੰ ਲੱਗਦਾ ਕਿ ਮੈਨੂੰ ਉਹ ਜਿਹੜੇ ਫਿੱਟੇ ਆ ਮੇਰੇ ਕੋਲ ਉਹ 150 ਸੈਂਟੀਮੀਟਰ, ਸੋਰੀ ਨੋਟ 150 mm ਚੌੜਾਈ ਉਹਨਾਂ ਦੀ. ਸੋ ਆਈ ਥਿੰਕ 4 ਫਿੱਟੇ ਚਾਹੀਦੇ, ਵਿੱਚ ਗੈਪ ਇੱਕ ਫੱਟਾ ਇੱਥੇ ਆ ਜਾਣਾ, ਵਿੱਚ ਗੈਪ ਆ ਜਾਣਾ ਥੋੜ੍ਹਾ ਜਿਹਾ 4 ਕੁ ਸੈਂਟੀਮੀਟਰ ਦਾ, ਫਿਰ ਇੱਕ ਫੱਟਾ ਗੈਪ 4 ਸੈਂਟੀਮੀਟਰ ਦਾ, ਫਿਰ ਇੱਕ ਫੱਟਾ. ਸੋ ਇੱਦਾਂ ਮੈਨੂੰ ਲੱਗਦਾ 4 ਪੀਸ ਚਾਹੀਦੇ ਆ, 4 ਤੇ 4 ਉੱਧਰ 8 ਪੀਸ. ਸੋ ਆ ਜਾਓ ਫਿਰ ਕਰਦੇ ਹਾਂ ਕਟਿੰਗ, ਅਤੇ ਆਪਾਂ ਬਣਾਉਣੀ ਕਿਚਨ ਇੱਥੇ, ਆਪਣਾ ਚੁੱਲ੍ਹਾ ਆਉਣਾ ਇੱਥੇ. ਸੋ ਚੁੱਲ੍ਹੇ ਦੀ ਚੌੜਾਈ ਹੈਗੀ ਆ 12 ਸੈਂਟੀਮੀਟਰ, ਆਹ ਵਾਲੇ ਦੀ ਡੱਬੇ ਜਿੰਨੀ ਆ, ਸੋਰੀ 12 ਨਹੀਂ 34 ਸੈਂਟੀਮੀਟਰ. ਸੋ ਆਪਾਂ 34 ਪੂਰਾ 34 ਨਹੀਂ ਰੱਖੂੰਗਾ ਮੈਂ, 2 ਸੈਂਟੀਮੀਟਰ ਵੱਧ ਰੱਖਾਂਗੇ, 35-36 ਸੈਂਟੀਮੀਟਰ ਆਪਾਂ ਇੱਥੇ ਸ਼ੈਲਫ ਪਾਉਣੀ ਆ, ਅਤੇ ਇੱਥੇ ਕਵਰ ਹੋ ਜਾਣਾ ਉੱਤੇ. ਸੋ ਆਹ ਪਾਸਾ ਕਵਰ ਹੋ ਜਾਣਾ ਵਾ, ਇੱਥੇ ਸ਼ੈਲਫ ਆ ਜਾਣੀ ਇੱਕ, ਅਤੇ ਇੱਥੇ ਚੁੱਲ੍ਹਾ ਆ ਜਾਣਾ. ਸੋ ਇੱਥੇ ਕਿਚਨ ਬਣ ਜਾਣੀ, ਆਪਾਂ ਬਾਹਰ ਖਲੋ ਕੇ ਕੁਕਿੰਗ ਕਰਿਆ ਕਰਾਂਗੇ. ਸੋ ਛੋਟਾ ਜਿਹਾ ਪ੍ਰੋਜੈਕਟ, ਐਡਾ ਵੱਡਾ ਨਹੀਂ ਆ. ਆਹ ਮੈਂ ਰੱਖੇ ਸੀ ਪਾਵਰ, ਫੋਨ ਚਾਰਜ ਕਰਨ ਵਾਸਤੇ USB ਲੱਗੀ ਆ, ਅਤੇ ਆਹ ਫਰਿੱਜ ਵਾਸਤੇ 12 ਬੋਲਟ ਦੀ ਹੋਲ ਆ, ਇੱਥੇ ਤਾਰਾਂ ਆਉਣੀਆਂ ਸਿੱਧਾ ਬੈਟਰੀ ਤੋਂ, ਅਤੇ ਇੱਥੇ ਤਾਰਾਂ ਲੱਗਣਗੀਆਂ. ਸੋ ਛੋਟਾ ਜਿਹਾ ਪ੍ਰੋਜੈਕਟ ਹੈ, ਐਡਾ ਵੱਡਾ ਪ੍ਰੋਜੈਕਟ ਨਹੀਂ ਆ, ਬਟ ਆਈ ਐਮ ਵੈਰੀ ਕ੍ਰੇਜ਼ੀ ਫੋਰ ਦੈਟ. ਸੋ ਚਲੋ ਕਰਦੇ ਹਾਂ ਹੁਣ ਕਟਿੰਗ ਵਟਿੰਗ, ਅਤੇ ਤੁਸੀਂ ਵੇਖੋ ਵੀਡੀਓ. Thank you.
ਇੱਕ ਫੱਟੀ ਲੈ ਕੇ ਜਾਂਦੇ ਹਾਂ, ਮੈਜ਼ਰਮੈਂਟ ਕਰਦੇ ਹਾਂ ਪੂਰੀ ਜਾਂ ਫੱਟੀ। ਲਓ ਜੀ ਐਨ ਪੂਰੀ ਆ। ਸੋ ਆਪਾਂ ਹੁਣ ਨਾ ਇਹ ਫੱਟੀ ਥੱਲੇ ਨਾ ਇੱਥੇ ਸਪੋਰਟ ਲਾਉਣੀ ਆ ਕਿ ਫੱਟੀ ਜਿਹੜੀ ਆਪਣੀ ਜਿਹੜੀ ਫੱਟੀ ਗਾਂਹ ਐਂ ਪਿਛਾਂ ਹੈ ਨਾ ਹਿੱਲੇ, ਇਸ ਕਰਕੇ ਆਪਾਂ ਥੱਲੇ ਸਪੋਰਟ ਲਾਉਣੀ ਇਹਦੇ ਦੋਵਾਂ ਪਾਸੇ, ਇੱਥੇ ਅਤੇ ਇੱਥੇ। ਇੱਕ ਇੱਥੇ ਆ ਨਹੀਂ, ਇੱਕ ਮਿੰਟ ਮੈਂ ਹੋਰ ਫੱਟੀ ਲੈ ਕੇ ਆਉਣਾ ਦੂਜੀ। ਵਿੱਚ ਇੰਨਾ ਕੁ ਗੈਪ ਛੱਡਣਾ ਆਪਾਂ, ਫਿਰ ਇੱਕ ਵਾਹ ਵਧੀਆ ਤੇ ਲਓ ਜੀ ਬਿਲਕੁਲ ਐਨ ਪਰਫੈਕਟ ਬਣੀ ਆ। ਸੋ ਹੁਣ ਆਪਾਂ ਇਹਦੇ ਥੱਲੇ ਨਾਲ ਮੋਲਡਿੰਗ ਲਾਉਣੀ ਆ ਜਿਹੜੀ ਫੱਟੀ ਹਿੱਲ ਨਾ ਸਕੇ ਹੈਗਾ। ਜੀ ਆਪਣਾ ਬੈੱਡ ਹੋ ਗਿਆ ਤਿਆਰ, ਬੈੱਡ ਦੀਆਂ ਹੋ ਗਈਆਂ ਫੱਟੀਆਂ ਤਿਆਰ, ਤੁਹਾਡੇ ਸਾਹਮਣੇ ਮੈਂ ਲਾਉਂਦਾ ਹੁਣ ਸਾਰੀਆਂ ਇੱਕ ਇੱਕ ਕਰਕੇ।
ਲਓ ਜੀ ਆਪਣਾ ਹੋ ਗਿਆ ਪ੍ਰੋਜੈਕਟ ਤਿਆਰ 90% ਤਿਆਰ ਆ 100% ਨਹੀਂ ਤਿਆਰ ਹੋਇਆ ਕਿਉਂਕਿ ਕੁਝ ਚੀਜ਼ਾਂ ਘਟ ਗਈਆਂ ਮੇਰੇ ਤੋਂ ਜਿੱਦਾਂ ਇੱਥੇ ਨਟ ਲੱਗਣੇ ਆ ਅਤੇ ਉਹ ਨਟ ਨਹੀਂ ਹੈਗੇ ਮੇਰੇ ਤੋਂ ਸ਼ੋਪ ਤੋਂ ਲਿਆਉਣੇ ਪੈਣੇ ਆ ਅਤੇ ਇੱਥੇ ਪਲਾਈਵੁੱਡ ਲੱਗਣੀ ਆ ਅਤੇ ਇੱਕ ਇੱਥੇ ਸ਼ੈਲਫ ਬਣਨੀ ਆ ਹੋਰ ਨਿੱਕੀ ਜੀ ਅਤੇ ਇੱਥੇ ਚੁੱਲ੍ਹਾ ਆਉਣਾ ਉਹ ਆਪਾਂ ਅਗਲੇ ਵੀਕ ਕਰਾਂਗੇ ਹੁਣ ਮੈਨੂੰ ਬਹੁਤ ਗਰਮੀ ਲੱਗਣ ਲੱਗ ਪਈ ਆ ਅਤੇ ਆਪਣੇ ਅੰਦਰ ਬੈੱਡ ਬਣ ਗਿਆ ਆਹ ਵੇਖੋ ਕਿੱਦਾਂ ਨਜ਼ਾਰੇ ਵਾਲਾ ਬੈੱਡ ਆ ਸਖਤ ਹਾਰਡ ਬੈੱਡ ਇਹਦੇ ਉੱਤੇ ਆਪਾਂ ਗੱਦਾ ਲਿਆਉਣਾ ਹੁਣ ਨਵਾਂ ਗੱਦਾ ਰੱਖਾਂਗੇ ਅਤੇ ਸਮਾਨ ਮੇਰਾ ਸਾਰਾ ਥੱਲੇ ਆ ਗਿਆ ਬੈੱਡ ਦੇ ਵਿੱਚ ਬਹੁਤ ਵਧੀਆ ਜਿੱਦਾਂ ਦਾ ਮੈਂ ਗੈਸ ਕੀਤਾ ਸੀ ਉਮੀਦ ਲਾਈ ਸੀ ਉੱਦਾਂ ਦਾ ਹੀ ਬਣਿਆ ਸੋ ਅਗਲੇ ਵੀਕ ਸੈਟਰਡੇ ਮਿਲਦੇ ਹਾਂ ਸੈਟਰਡੇ ਸਭ ਕੁਛ ਤਿਆਰ ਹੋ ਜੂਗਾ ਅਤੇ ਉਹ ਤੋਂ ਅਗਲੇ ਵੀਕ ਨਿਕਲਦੇ ਹਾਂ ਆਪਾਂ ਕਿਤੇ ਸਫ਼ਰ 'ਤੇ ਸੋ ਮਿਲਦੇ ਫਿਰ ਨੈਕਸਟ ਵੀਕ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਐਂਡ ਲਾਈਕ ਮਾਈ ਵੀਡੀਓ ਐਂਡ ਸ਼ੇਅਰ ਮਾਈ ਵੀਡੀਓ ਅਤੇ ਨੈਕਸਟ ਵੀਕ 100% ਤਿਆਰ ਹੋ ਜੂਗਾ ਅਤੇ ਆਪਾਂ ਨਿਕਲਾਂਗੇ ਕਿਤੇ ਸਫ਼ਰ 'ਤੇ ਕਿਤੇ ਜਾਵਾਂਗੇ ਘੁੰਮਣ ਸੋ ਮਿਲਦੇ ਹਾਂ ਫਿਰ ਨੈਕਸਟ ਵੀਕ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੈਸਟ